A South Asian Canadian channel. ਐਤਵਾਰ ਦੇ ਦਿਨ ਮੂਸਾ ਪਿੰਡ ਵਿੱਚ ਸਿੱਧੂ ਮੂਸੇਵਾਲਾ ਦੇ ਹਜ਼ਾਰਾਂ ਪ੍ਰਸ਼ੰਸਕ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਅਤੇ ਇਸ ਮੌਕੇ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਨੇ ਸਭ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ੱਕ ਅੱਜ ਉਹਨਾਂ ਦਾ ਪੁੱਤਰ ਉਹਨਾਂ ਵਿੱਚ ਮੌਜੂਦ ਨਹੀਂ ਹੈ ਪਰ ਉਹਨਾਂ ਨੂੰ ਆਪਣੇ ਪੁੱਤ ਉੱਤੇ ਹਮੇਸ਼ਾ ਮਾਣ ਰਹੇਗਾ। ਉਹਨਾਂ ਕਿਹਾ ਕਿ ਚਾਹੇ ਲੋਕ ਸਿੱਧੂ ਬਾਰੇ ਕਈ ਤਰ੍ਹਾਂ ਦੇ ਕਮੈਂਟ ਕਰਦੇ ਸੀ ਪਰ ਸਿੱਧੂ ਉਹਨਾਂ ਦਾ ਜਵਾਬ ਆਪਣੇ ਗੀਤਾਂ ਰਾਹੀਂ ਦਿੰਦਾ ਸੀ ਅਤੇ ਉਸ ਦੀ ਕਿਸੇ ਨਾਲ ਆਪਣੀ ਦੁਸ਼ਮਣੀ ਨਹੀਂ ਸੀ। ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ 90 ਦਿਨ ਦਾ ਸਮਾਂ ਦਿੱਤਾ ਸੀ ਜੋ ਕਿ ਬੀਤ ਚੁੱਕਿਆ ਪਰ ਸਰਕਾਰ ਹੁਣ ਤੱਕ ਵੀ ਸਿੱਧੂ ਦੇ ਅਸਲ ਕਾਤਲਾਂ ਨੂੰ ਸਾਹਮਣੇ ਨਹੀਂ ਲਿਆ ਸਕੀ। ਤੁਸੀਂ ਕਹਿ ਦਿੰਦੇ ਆ, ਸਾਰੇ ਕਹਿ ਦਿੰਦੇ ਨੇ ਵੀ ਸ਼ੇਰ ਨਹੀਂ ਮਾਂ, ਮੈਂ ਕੋਈ ਸ਼ੇਰ ਨਹੀਂ, ਸ਼ੁਰ ਨਹੀਂ ਹੈਗੀ ਐਡੀ ਜ਼ਿਆਦੇ, ਠੀਕ ਹੈ। ਜੇ ਕਿਸੇ ਦਾ ਸਿੰਪਲ ਇਨਸਾਨ ਪੁੱਤ ਮਰਦੇ ਨਾ, ਉਹ ਮਾਵਾਂ ਮੰਜੇ ਤੋਂ ਨਹੀਂ ਉੱਠ ਜਾਂਦੀ। ਮੈਂ ਸਿਰਫ ਉਹਦੇ ਇਨਸਾਫ ਲਈ ਸ਼ੇਰ ਨਹੀਂ ਬਣੀ ਹੋਈ ਹਾਂ ਵੀ ਮੈਂ ਮੇਰੇ ਬੱਚੇ ਨੂੰ ਇਨਸਾਫ ਦਵਾ ਕੇ ਰਹੂੰ। ਮੇਰੇ ਨਾਲ ਹੋਵੋਗੇ ਤਾਂ ਬਹੁਤ ਵਧੀਆ ਗੱਲ ਹੈ, ਨਹੀਂ ਦੋਨੇ ਬੈਠਾਂਗੇ, ਠੀਕ ਹੈ। ਅਤੇ ਪਰ ਇੱਦੋਂ ਵੱਧ ਅਸੀਂ ਸ਼ਰੀਫਤਾ ਨਹੀਂ ਦਿਖਾ ਸਕਦੇ। ਅਸੀਂ ਪੜ੍ਹੇ ਲਿਖੇ ਹੋਣ ਦੇ ਨਾਤੇ ਅਸੀਂ ਪ੍ਰਸ਼ਾਸਨ ਦਾ ਵੀ ਸਾਥ ਦਿੱਤਾ, ਅਸੀਂ ਸਰਕਾਰਾਂ ਦਾ ਵੀ ਸਾਥ ਦਿੱਤਾ, ਪਰ ਸਾਨੂੰ ਉਮੀਦ ਨਹੀਂ ਹੈਗੀ ਵੀ ਸਾਡੇ ਬੱਚੇ ਦਾ ਸਾਨੂੰ ਇਨਸਾਫ ਮਿਲੂਗਾ। ਜਿਵੇਂ ਇੰਨਾ ਕੰਮ ਠੰਡਾ ਚੱਲ ਰਿਹਾ, 3 ਮਹੀਨੇ ਹੋ ਗਏ, ਚੌਥਾ ਹੋਰ ਹੋਗਾ, ਤੁਸੀਂ ਵੀ ਭਾਈ ਆਪੋ ਉਹਦੇ ਕੰਮਾਂ 'ਚ ਰੁੱਝ ਜਾਓਗੇ, ਅਸੀਂ ਵੀ ਚਲੋ ਆਪਦੀ ਗੱਡੀ ਰੋੜਾਂਗੇ ਔਖੇ ਸੌਖੇ, ਠੀਕ ਹੈ। ਬੜੀ ਦੁੱਖ ਦੀ ਗੱਲ ਹੈ ਵੀ ਮੇਰਾ ਪੁੱਤ ਮਰ ਗਿਆ, ਅਸੀਂ ਝੱਲ ਲੈਂਦੇ, ਅਸੀਂ ਆਪਦੀ ਗੱਡੀ ਰੋੜ ਲੈਂਦੇ। ਤੁਸੀਂ ਸਾਰੇ ਜਣੇ ਆਪੋ ਆਪਦੇ ਇੱਥੇ ਹੱਥ ਧਰ ਕੇ ਦੇਖੋ, ਜਿਹੜੀ ਮੇਰੀ ਨੂੰਹ ਬਣਨ ਵਾਲੀ ਸੀ, ਕਿਸੇ ਦੀ ਧੀ ਹੈ, ਕਿਸੇ ਦੀ ਭੈਣ ਹੈ, ਸਾਨੂੰ ਉਹ ਸਾਨੂੰ ਆਪਦੀ ਜ਼ਿੰਦਗੀ ਬਾਰੇ ਦੇਖ ਦੇਖ ਕੇ ਸਾਡਾ। ਪਰ ਮੇਰੀ ਤੁਹਾਨੂੰ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਵੀ ਕਵਰ ਕਸੇ ਕਸ ਲਓ। ਮੈਂ ਆਪਾਂ ਨੂੰ ਜਸਟਿਸ ਵਾਸਤੇ ਕੋਈ ਨਾ ਕੋਈ ਹੁਕਲਾ ਮਾਰਨਾ ਪੈਣਾ। ਮੈਨੂੰ ਨਹੀਂ ਲੱਗਦਾ ਵੀ ਇਹ ਸਰਕਾਰ ਜਾਂ ਸੈਂਟਰ ਕੋਈ ਆਪਣੇ ਇਸ ਉਜਾਲੇ ਦੇ ਉੱਤੋਂ ਕੋਈ ਜ਼ਿਆਦਾ ਡਰੀ ਹੋਈ ਹੈ। ਲੱਗਦਾ ਹਰ ਇੱਕ ਨੂੰ ਇਹ ਲੱਗਦਾ ਵੀ ਮੋਹਾਂ ਕਲਾਕਾਰ ਮਰ ਗਿਆ, ਕੋਈ ਡੰਡੋਵਾਲ ਦਾ ਹਿੱਸਾ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਆਪਣੀ ਡੰਡ ਕੋਈ ਵੀਰੋ ਕਾਹਦੀ ਹੈ। ਆਪਾਂ ਤਾਂ 5-7 ਕਿੰਨੇ ਵਾਲੇ ਵੱਡਾ ਘਰ ਵਾਲੇ ਆਮ ਕਿਸਾਨ ਆ ਯਾਰ ਭਾਈ, ਜੇ ਦੁਆ ਗਲਤੀ ਨਾਲ ਆਪਣਾ ਕਾਮਯਾਬ ਹੋ ਗਿਆ ਆਪਾਂ ਗੰਡੇ ਤੋਂ ਕੀ ਲੈਣਾ। ਹਲੇ ਗੰਡਿਆਂ ਦੇ ਵਿੱਚ ਤਾਂ ਉਹ ਬੰਦਾ ਜਾਊਗਾ ਬਾਈ ਜੀ ਜਿਹਨੇ ਪੈਸੇ ਕਮਾਉਣੇ, ਠੱਗੀਆਂ ਮਾਰਦੀਆਂ, ਅਤੇ ਜਿਹੜੇ ਜਵਾਕ ਨੂੰ 1 ਨੰਬਰ ਦਾ 1 ਕਰੋੜ ਰੁਪਏ ਦਾ ਸ਼ੋਅ ਮਿਲ ਰਿਹਾ 1.5 ਘੰਟੇ ਦਾ ਕੰਮ ਕਰਕੇ, ਯਾਰ ਉਹ ਕਾਹਦੇ ਲਈ ਦੂਸਰਾ ਗਲਤ ਰਸਤਾ ਚੁਣੂਗਾ। ਵੀਰੂ ਪਰਮਾਤਮਾ ਸਿੱਧੇ ਹੱਥ ਨਾਲ ਹੀ ਮੂੰਹ ਮੰਗੇ ਪੈਸੇ ਦੇ ਰਿਹਾ, ਰਸਤਾ ਬੱਚਿਆਂ ਕਿਉਂ ਚੁਣੂਗਾ। ਮੇਰੀ ਇੱਕ ਤਾਂ ਸਭ ਤੋਂ ਵੱਡੀ ਲੜਾਈ ਇਹ ਹੈ ਕੋਈ ਬੰਦਾ ਸਾਬਤ ਕਰਦੇ ਇਸ ਗੱਲ ਨੂੰ ਵੀ ਮੇਰੇ ਜਵਾਕ ਨੇ ਕਿਸੇ ਗੈਂਗਸਟਰ ਦੇ ਨਾਲ ਸੰਬੰਧ ਸੀ, ਮੇਰੇ ਜਵਾਕ ਨੇ ਕਦੇ ਕਿਸੇ ਦੇ ਨੰਬਰ ਤੱਕ ਨਹੀਂ ਕਰਵਾਇਆ ਹੋਵੇ। ਮੈਂ ਜ਼ਿੰਮੇਵਾਰੀ ਲਊਂਗਾ, ਮੈਂ ਉਹਦਾ ਵਾਰਸਾ, ਮੈਂ ਉਹਦਾ ਹਰੇਕ ਖਮਿਆਜ ਆ, ਉਹਦੀ ਹਰ ਇੱਕ ਸਜ਼ਾ ਭੁਗਤ ਹੋ ਗਿਆ। ਪਰ ਆਪਾਂ ਨੂੰ ਥੋੜ੍ਹੇ ਜਿਹੇ ਤਕੜੇ ਹੋਣਾ ਪੈਣਾ। ਮੈਂ ਤੁਹਾਡੇ ਸਾਰਿਆਂ ਨੇ ਕਰਨ ਦੀ ਕੋਈ ਬੇਨਤੀ ਕਰਦਾ, ਤੁਸੀਂ ਜਿਹੜੇ ਵੀ ਪਿੰਡਾਂ ਤੋਂ ਆਉਂਦੇ ਹੋ, ਤੁਹਾਡੇ ਕਲੱਬ ਨੇ, ਤੁਸੀਂ ਸਿੱਧੂ ਨੂੰ ਆਪਦੇ ਭਰਾ ਨੂੰ ਪਿਆਰ ਕਰਦੇ ਹੋ, ਤੁਸੀਂ ਇਕੱਠੇ ਹੋ ਕੇ ਆਪਦੀ ਰਾਏ ਕਰੋ, ਤੁਸੀਂ ਕੈਂਡਲ ਮਾਰਚ ਕੱਢੋ, ਆਪੋ ਆਪਣੇ ਸੁਣੋ, ਜਿੱਥੇ ਵੀ ਤੁਸੀਂ ਬੈਠੋ ਦੂਰ ਨੇੜੇ ਦੂਰ। ਅਗਲੇ ਹਫ਼ਤੇ ਮੈਂ ਅੱਜ ਦੇ ਪ੍ਰੋਗਰਾਮ 'ਚ ਮੈਂ ਇਹੀ ਗੱਲ ਦੱਸੀ ਵੀ ਕਹਿੰਦਾ ਇਸ ਗੱਲ ਦੀ ਵੀ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ, ਸਾਨੂੰ ਸੜਕਾਂ 'ਤੇ ਆਉਣਾ ਪੈਣਾ, ਪਰ ਅਸੀਂ ਫਿਰ ਵੀ ਕੋਈ ਕਾਹਲ ਨਹੀਂ ਵਰਤਾਂਗੇ, ਇਹਦੀ ਜ਼ਿੰਮੇਵਾਰੀ ਗੌਰਮੈਂਟ ਨੂੰ ਲੈਣੀ ਪਊਗੀ। ਕਿਉਂਕਿ ਗੋਲੀ ਚਲਾਉਣ ਵਾਲੇ ਬੰਦੇ ਸਾਰੇ ਲਗਭਗ ਪੁਲਿਸ ਦੀ ਕਸਟਡੀ 'ਚ ਆ ਚੁੱਕੇ ਨੇ ਜਾਂ ਇੱਕ ਅੱਧਾ ਬਸ ਗਿਆ, ਉਹਦੇ ਤੋਂ ਮੈਨੂੰ ਕੋਈ ਜਿਹੜੀ ਹੈਗਾ ਮੈਂ ਉਹਨੂੰ ਸ਼ਰਤਾਂ ਨੇ ਫੜ ਲਿਆ। ਮੈਂ ਉਹਨਾਂ ਬੰਦਿਆਂ 'ਤੇ ਕਾਰਵਾਈ ਚਾਹੁੰਦਾ ਜਿਨ੍ਹਾਂ ਨੇ ਮੇਰੇ ਬੱਚੇ ਦੇ 4 ਸਾਲ ਉਹਦੀ ਰਾਤਾਂ ਦੀ ਨੀਂਦ ਖਰਾਬ ਕਰਕੇ ਰੱਖੀ, ਉਹਨੂੰ ਕੰਮ ਨਹੀਂ ਕਰ ਦਿੱਤਾ। ਜਿਵੇਂ ਤੁਸੀਂ ਆਪਣੇ ਦੋ ਪੱਤਰਕਾਰਾਂ ਨੇ ਜਿਹਨਾਂ ਨੇ ਆਪਣੇ ਅੱਜ ਇੱਕ ਦੇਸ਼ ਰੱਖੀ ਜੀ ਦੀ ਰਿਪੋਰਟ ਵੀ ਮੈਂ ਸੁਣੀ ਹੈ ਸਵੇਰੇ, ਉਹ ਤੋਂ ਪਹਿਲਾਂ ਰਾਜਪਾਲ ਬਾਈ ਦੀ ਵੀ ਇੱਕ ਰਿਪੋਰਟ ਸੁਣੀ, ਸਾਰਿਆਂ ਨੇ ਬਖੂਬੀ ਸਾਰੀਆਂ ਗੱਲਾਂ ਨੂੰ ਬਰੀਕੀ ਨਾਲ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਮੈਂ ਮੋਟਾ ਮੋਟਾ ਉਹਨੂੰ ਸਾਰੀ ਗੱਲ ਜਾਣਕਾਰੀ ਦਿੱਤੀ। ਜਿਸ ਦਿਨ ਸਿੱਧੂ 'ਤੇ ਹਮਲਾ ਹੁੰਦਾ, ਇਹਨਾਂ ਲੋਕਾਂ ਨੇ ਫਲਾਈਟਾਂ ਫੜ ਲਈਆਂ,
ਸਾਰੇ ਜਾ ਕੇ ਕੋਈ ਕਿਤੇ ਮਨਾਲੀ ਘੁੰਮਦਾ ਫਿਰਦਾ, ਕੋਈ ਵਿਦੇਸ਼ਾਂ ਚ ਘੁੰਮਦਾ ਫਿਰਦਾ, ਸਨੈਪਚੈਟ ਐਪ ਦੁਨੀਆ ਹੋਰ ਪਾਉਂਦੇ, ਮੈਨੂੰ ਇਸ ਗੱਲ ਦਾ ਸਾਰਾ ਇਲਮ ਹੈ। ਐਸੇ ਸਾਰੇ ਬਾਹਰ ਆ ਦਿਖਾਉਂਦੇ ਆਪਦੇ ਆਪ ਨੂੰ, ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਇਹ ਹੁਣ ਤੱਕ ਘੇਰੇ 'ਚ ਲੈ ਲੈਣੇ ਚਾਹੀਦੇ ਸੀ। ਮੈਂ ਕਿਹਾ ਜਦੋਂ ਇੱਕ ਦੋ ਵਾਰੀ ਪੁੱਛਦੇ ਕੀਤੀ ਬੁਲਾਇਆ ਤਾਂ ਫਿਰ ਢਿੱਲੀ ਦੇ ਰੱਖੇ ਗਏ ਉਹਨਾਂ ਨੇ। ਪਰ ਮੈਂ ਚਾਹੁੰਦਾ ਸਾਰੇ ਬੰਦੇ ਸਲਾਖਾਂ ਦੇ ਪਿੱਛੇ ਹੋਣੇ ਚਾਹੀਦੇ ਆ, ਪੂਰੀ ਸਖਤੀ ਨਾਲ ਜਿਹੜਾ ਜਿਹੜਾ ਟਰੈਲ ਹੋਣਾ ਚਾਹੀਦਾ। ਜੇ ਸਰਕਾਰ ਕਹੇ ਮੈਂ ਹਾਲੇ ਵੀ ਉਮੀਦ ਰੱਖਦਾ, ਮੇਰੀ ਉਮੀਦ ਮੈਂ ਅਗਲੇ ਹਫ਼ਤੇ ਤੱਕ ਫਿਰ ਇਹ ਜੇ ਆਪਾਂ ਗੱਲ ਮੈਂ ਲੈਣਾ ਉਹਦਾ ਚਲੋ ਆਪਾਂ ਕੈਂਡਰ ਮਾਰਚ ਕਰਾਂ ਜਿੱਥੇ ਕਿਤੇ ਤੁਸੀਂ ਕਰ ਸਕਦੇ। ਸਾਰੇ ਕਲਾਕਾਰ ਭਾਈਚਾਰੇ ਨੂੰ ਬੇਨਤੀ ਕਰਦਾ, ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਸਾਡੇ ਇਕੱਠੇ ਨਾਲ ਜੁੜੇ ਹੋਏ ਨੇ, ਉਹਨਾਂ ਤੋਂ ਵੱਧ ਸਾਡੀ ਤਕਲੀਫ ਨੂੰ ਕੋਈ ਨਹੀਂ ਸਮਝ ਸਕਦਾ। ਜੇ ਹਾਲੇ ਵੀ ਇਸ ਗੱਲ ਨੂੰ ਮਿੱਟੀ ਘੱਟੇ 'ਚ ਪਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਜਾਂ ਆਪੇ ਦੋ ਚਾਰ ਦਿਨਾਂ ਦੇ ਵਿੱਚ ਹਾਲਾਤ ਨੋਰਮਲ ਹੋ ਜਾਣਗੇ ਵੀਰੋ, ਕਰੋਨਾ ਤੋਂ ਨਹੀਂ ਆਪਣੇ ਪਹਿਲੇ ਆਪਾਂ ਰੋਹ ਧੋ ਕੇ ਚਾਰ ਦਿਨ ਆਪਣੇ ਘਰ ਬਹਿ ਜਾਣਗੇ। ਬਾਹਰੋਂ NRI ਸਾਰੇ ਵੀ ਫੋਨ ਕਰ ਕਰਕੇ ਪੁੱਛਦੇ ਵੀਰ ਅਸੀਂ ਕੀ ਕਰ ਸਕਦੇ ਹਾਂ। ਮੈਂ ਉਹਨਾਂ ਨੂੰ ਇਹੀ ਬੇਨਤੀ ਕਰੀ ਆ, ਤੁਸੀਂ ਆਪਣਾ ਦਬਾਅ ਪਾਓ, ਤੁਸੀਂ ਆਪਣੇ ਡਿਵਲਪਮੈਂਟ ਨੂੰ ਦੇਵੋ, ਜੋ ਤੁਹਾਡੇ ਦੇਸ਼ ਦਾ ਜੋ ਲਾ ਕਹਿੰਦਾ ਉਹਦੇ ਅਕੋਰਡਿੰਗ ਕੰਮ ਕਰੋ, ਕਾਨੂੰਨ ਦੇ ਵਿੱਚ ਰਹਿ ਕੇ ਕੰਮ ਕਰੋ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਭੰਗ ਚੋਰ ਕਰੋ, ਧਰਨਾ ਕਰੋ, ਮਜ਼ਾਕ, ਕਿਉਂਕਿ ਇਹ ਲੋਕ ਥੋਤੋਂ ਡਰਦੇ ਆ। ਜਦੋਂ ਤੁਸੀਂ ਖੜ ਕੇ ਕਿਤੇ ਅਤੇ ਲੋਕਾਂ ਦਾ ਮੂਡ ਦੇਖਦੇ ਤਾਂ ਆਪਾਂ ਨੂੰ ਮਹਿਸੂਸ ਨਹੀਂ ਹੁੰਦਾ। ਪਰ ਬਿਨਾਂ ਰੋਏ ਤੋਂ ਤਾਂ ਜਦੋਂ ਮਾਂ ਨੂੰ ਦਿੱਤੇ ਜਿਵੇਂ ਥੋੜ੍ਹੀ ਜਿਹੀ ਚੀਜ਼ ਦਾ ਨਾਮ ਨਹੀਂ ਪਾਉਂਦਾ। ਮੈਂ ਵੀ ਹੁਣ ਤੱਕ ਰੋਣ ਤੋਂ ਹੁੰਦੇ ਚੱਕਰ 'ਚ ਹੀ ਗਿਆ ਅਤੇ ਹੁਣ ਆਪਦੇ ਆਪ ਨੂੰ ਮੂਵ ਆਨ ਕਰਨਾ, ਤੁਸੀਂ ਵੀ ਕਰਨਾ ਔਰ ਤੁਹਾਡੇ ਹੌਸਲੇ ਨੂੰ ਨਹੀਂ ਆਉਂਦੇ। ਇੱਥੇ ਆਏ ਹੋ ਇੰਨੀ ਵਾਰ ਇਸ ਗੱਲ ਦਾ ਪਾਲਣ ਕਰਕੇ ਜਾਇਓ। ਸਿੱਧੂ ਦੀ ਹਵੇਲੀ ਨੂੰ, ਸਿੱਧੂ ਦੇ ਘੋੜਿਆਂ ਨੂੰ ਇੱਕ ਵਾਰ ਕੰਨ ਧਰ ਕੇ ਮਿਲ ਕੇ ਜਾਇਓ। ਕਿੱਥੇ ਖੜੇ ਹੋ ਤੁਸੀਂ? ਉਹ ਸਾਡਾ ਕਸੂਰ ਕੀ ਸੀ? ਮੈਂ ਤੁਹਾਡੇ ਕੰਨਾਂ ਦੇ ਵਿੱਚ ਸਿਰ ਤੋਂ ਪੱਗ ਲਾ ਕੇ ਤੁਹਾਡੇ ਤੋਂ ਇੱਕੋ ਸਵਾਲ ਪੁੱਛਿਆ ਸੀ, ਉਮਰਾਂ ਕਾਲ ਪੁੱਤ ਦਿੰਦਾ ਮੌਤ ਹੋ ਜਾਂਦੀ ਹੈ, ਹਾਦਸੇ ਨਾਲ ਵੀ ਹੋ ਜਾਂਦੀ ਹੈ, ਬਿਮਾਰੀ ਨਾਲ ਵੀ ਹੋ ਜਾਂਦੀ ਹੈ, ਪਰ ਮੇਰੇ ਦੀ ਇਸੇ ਕਰਕੇ ਹੋ ਗਈ ਵੀ ਉਹ ਕਿਸੇ ਛੋਟੇ ਮੁੰਡੇ ਦਾ ਬਾਪ ਦਾ ਬੇਟਾ ਸੀ। ਉਹਦਾ ਬਾਪ ਪੋਲੀਟੀਸ਼ੀਅਨ ਨਹੀਂ ਸੀ, ਉਹਦਾ ਬਾਪ ਕੋਈ ਚੰਗੇ ਘਰਾਣੇ ਦਾ ਮਾਲਕ ਨਹੀਂ ਸੀ। ਮੈਂ 5-7 ਕਿੱਲੇ ਵਾਲਾ ਸੀ, ਮੈਂ ਕਿਤੇ ਨਾ ਕਿਤੇ ਜਾ ਕੇ ਕਮਜ਼ੋਰ ਪੈ ਗਿਆ। ਜਦੋਂ ਵੀ ਮੈਨੂੰ ਥੋੜ੍ਹਾ ਜਿਹਾ ਰਿਲੈਕਸ ਹੋਇਆ ਨੌਰ ਦੇ ਲਾਗੇ ਦੇ ਕੁੱਤੀ ਮੌਤ ਹੋਈ। ਪਿਛਲੇ 3-4 ਸਾਲ ਤੋਂ ਅਸੀਂ ਕੰਮ ਕੀਤਾ, ਸਾਨੂੰ ਪਤਾ ਹੈਗਾ ਸਾਡੇ ਰੱਬ ਨੂੰ ਪਤਾ, ਸਾਡੇ ਪਰ ਕਦੇ ਕੋਈ ਪੈ ਗਿਆ, ਕਦੇ ਕੋਈ ਝੂਠੀਆਂ ਖਬਰਾਂ ਲਾਉਣ ਵਾਲੇ ਪੈ ਗਏ, ਕਦੇ ਕੋਈ ਅਫਸਰ ਪੈ ਗਿਆ, ਕਦੇ ਕੋਈ ਪੋਲੀਟੀਸ਼ੀਅਨ ਪੈ ਗਿਆ। ਇੱਕ ਦਿਨ ਦੀ ਜਵਾਬ ਨੂੰ ਉਹਦੀ ਕਲਾ ਦਾ ਮੁੱਲ ਤਾਂ ਕੀ ਪਾਉਣਾ ਸੀ, ਇਹ ਸਾਡੀ ਤ੍ਰਾਸਦੀ ਹੈ, ਮੁੱਲ ਪੈਂਦਾ ਪਰ ਮਰਨ ਤੋਂ ਬਾਅਦ ਪੈਂਦਾ। ਸਾਨੂੰ ਚੰਗਾ ਬਣਨ ਵਾਸਤੇ ਵੀ ਉਹ ਮਰਨਾ ਪੈਂਦਾ। ਦੀਪ ਸਿੱਧੂ ਦਾ ਵੀ ਇਹੀ ਹੋਇਆ। ਇਹ ਜਿਹੜੀ ਨਸ਼ੇੜੀ ਤਾਕਤਾਂ ਨੇ ਜਿਹੜੇ ਅੱਜ ਕੱਲ੍ਹ ਆਪਦੇ ਆਪ ਨੂੰ ਬਾਈਕ ਹੁੰਦੇ ਆ, ਇੱਕ ਤਾਂ ਤੁਹਾਨੂੰ ਗੈਂਗਸਟਰ ਨਾ ਕਿਹਾ ਕਰੋ, ਜਦੋਂ ਇਹਨੂੰ ਬਦਮਾਸ਼ ਜਾਂ ਗੁੰਡਾ ਕਹਿਣਾ ਕਰੋ, ਜਿਹੋ ਜਿਹੀ ਇਹਨਾਂ ਦੀ ਕੁਆਲੀਫਿਕੇਸ਼ਨ ਹੈ, ਜਿਹੋ ਜਿਹੀ ਇਹਨਾਂ ਦੇ ਕੰਮ ਨੇ, ਇਹਨਾਂ ਨੂੰ ਉਹੋ ਜਿਹਾ ਨਾਮ ਦਿੱਤਾ ਜਾਣਾ ਚਾਹੀਦਾ। 22 ਜ਼ਿਲ੍ਹਿਆਂ ਦੇ ਵਿੱਚੋਂ ਬੈਠੇ ਹੋਏ ਪਲਾਨਿੰਗ ਕਰਕੇ ਬੜੀ ਆਸਾਨੀ ਦੇ ਨਾਲ ਜਿਹੜਾ ਸ਼ੇਰ ਵਜਾ ਪੁੱਤ ਨੇ ਮਾਰਤਾ ਔਰ 7 ਲੱਖ ਰੁਪਏ ਦੇ ਹਥਿਆਰ ਖਰੀਦ ਲਏ, 8 ਲੱਖ ਦੀ AK-47 ਖਰੀਦੀ ਬੁਲੰਦਸ਼ਹਿਰ ਤੋਂ ਲਾਰੈਂਸ ਨੇ ਔਰ ਖਰੀਦ ਕੇ 8 ਲੱਖ ਦੀ ਪੰਜਾਬ ਵੀ ਭੇਜਤੀ। ਜਿਹੜੇ ਪਿਸਟਲ ਫੜੇ ਨੇ ਜਿਹਨਾਂ ਇੰਪੋਰਟਡ ਅਸਲਾ ਸਾਰਾ, ਕੋਈ ਦੂਜੀ ਤਿਹਾਰ ਵਾਲੇ ਕਾਨਪੁਰ ਵਾਲੇ ਨਹੀਂ ਹੈਗੇ,
15-15 lakh ਦਾ ਰਿਸ਼ਤਾ ਹੋ ਗਿਆ ਇੱਥੇ ਜੇ ਮੋਟਾ ਹਿਸਾਬ ਲਾਵਾਂ 50 lakh ਤੋਂ ਉੱਤੇ ਦਾ ਅਫਸਰ ਸਿੱਧੂ ਨੂੰ ਮਾਰਨ ਵਾਸਤੇ ਧੱਕਾ ਕੀਤਾ ਹੈ ਇੰਨਾ ਪੈਸਾ ਕਿੱਥੋਂ ਆ ਗਿਆ ਇਕੱਲੇ ਗੋਲੀ ਚਲਾਉਣ ਵਾਲੇ ਦੋਸ਼ੀ ਨਹੀਂ ਹੈਗੇ ਗੈਂਗਸਟਰਾਂ ਦੇ ਨਾਲ ਇੱਕ ਜਮਾਤ ਦੀ ਉਹੋ ਜਿਹੀ ਪੈਦਾ ਹੋ ਚੁੱਕੀ ਹੈ ਜਿਹੜੇ ਉਹਨਾਂ ਦੇ ਅੱਖ ਨੱਕ ਦੇ ਕਾਰਨ ਨੇ ਜਿਨ੍ਹਾਂ ਦੇ ਉੱਤੇ ਉਹ ਇੱਡੇ ਇੱਡੇ ਮਸਲਿਆਂ ਨੂੰ ਅੰਜਾਮ ਦਿੰਦੇ ਨੇ ਜਿਹੜੇ ਉਹਨਾਂ ਦੀਆਂ ਫੌਜੀਆਂ ਇਕੱਠੀਆਂ ਕਰਦੇ ਨੇ ਉਹ ਲੋਕਾਂ ਦੀ ਇੱਕ ਤਕੜੀ ਆ ਉਹ ਚਿੱਟੇ ਕੱਪੜੇ ਵਾਲੇ ਸਫੈਦ ਪੋਸ਼ ਨੇ ਉਹ ਮਸਲੇ ਆ ਹੋਮਲੈਂਡ ਵਰਗੀਆਂ ਜਿਹਨਾਂ ਦੇ ਵਿੱਚ ਰਹਿੰਦੇ ਆ ਸਿੱਧੂ ਨੇ ਆਪਣੇ ਗਾਣੇ ਦੇ ਵਿੱਚ ਪਹਿਲਾਂ ਵੀ ਲਿਖਿਆ ਸੀ ਇੱਕ ਵਾਰੀ ਦੱਲੇ ਹੋਮਲੈਂਡ ਬੜੇ ਉਹਨੂੰ ਪਤਾ ਸੀ ਸਮਝੌਤੇ ਕਰਨ ਵਾਲੇ ਅੱਗੇ ਡੰਡ ਧੁੱਪਾ ਕਰਾਉਣ ਵਾਲੇ ਹੋਮਲੈਂਡ 'ਚ ਬਹੁਤ ਬੈਠੇ ਆ ਉਹ ਸਾਰੇ ਚੰਡੀਗੜ੍ਹ ਨੂੰ ਛੱਡ ਕੇ ਪਿੰਡ ਆ ਕੇ ਇਸੇ ਕਰਕੇ ਰਹਿਣ ਲੱਗ ਗਿਆ ਸੀ ਵੀ ਉਹ ਜਿਹੜੀ ਆਪਣੇ ਵਰਗੇ ਲੋਕਾਂ ਦੀ ਸੇਫ ਜਗ੍ਹਾ ਨਹੀਂ ਰਹੀ ਉਹ ਚਿੱਟੇ ਕੱਪੜਿਆਂ ਵਾਲੇ ਦੇਖਣ ਨੂੰ ਉੱਪਰੋਂ ਵੱਡੀਆਂ ਗੱਡੀਆਂ ਤੇ ਬੜੇ ਕਾਕਾ ਸ਼ਾਹੀ ਉਹਨਾਂ ਦੇ ਸਟਾਈਲ ਨੇ ਉਹ ਲੱਗਦੇ ਨੇ ਪਰ ਉਹਨੇ ਕੰਮ ਕਾਲੇ ਨੇ ਪ੍ਰੋਪਰਟੀਆਂ ਦੱਬਣੀਆਂ ਗੈਂਗਸਟਰਾਂ ਤੋਂ ਫੋਨ ਕਰਵਾਉਣੇ ਜਿਹੜਾ ਕੋਈ ਇੱਦਾਂ ਕੋਈ ਛੋਟੇ ਪਰਿਵਾਰ ਤੋਂ ਦੋ ਕਮਰੇ ਮਕਾਨ 'ਚ ਉੱਠ ਕੇ ਗਲਤੀ ਨਾਲ ਕਾਮਯਾਬ ਹੋ ਗਿਆ ਇਹ ਲੋਕਾਂ ਦੇ ਉੱਤੇ ਕਿਵੇਂ ਸ਼ਿਕੰਜਾ ਕਸਣੀ ਉਸ ਕਿਵੇਂ ਕਰਦੇ ਰਹੇ ਹੁਣ ਜਿਹੜੀ ਲੜਾਈ ਉਹਨਾਂ ਲੋਕਾਂ ਦੇ ਖਿਲਾਫ ਹੀ ਹੈ ਜਿਨ੍ਹਾਂ ਨੇ 4 ਸਾਲ ਦੇ ਦੌਰਾਨ ਸਾਡੇ ਕਾਰੋਬਾਰ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਚੈਨਲ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਇਹ ਗੱਲਾਂ ਮੈਂ ਵਿਸਥਾਰ ਤੋਂ ਸਾਡੇ ਕਿ ਦੱਸੂੰਗਾ A South Asian Canadian channel.